मनप्रीत बादल ते लटकी गिरफ्तारी दी तलवार। बठिंडा अदालत ने जारी कीता गिरफ्तारी वारंट। प्लॉट खरीद फरोख्त मामले च वधियां मनप्रीत बादल दियां मुश्किलां। पहला लुकआउट नोटिस ते हुण गिरफ्तारी दा वारंट। पंजाब दे साबका खजाना मंत्री ते मौजूदा समय च भाजपा दे आगू मनप्रीत बादल दियां मुश्किलां होर ज्यादा वध गईयां ने। प्लॉट दी खरीद फरोख्त दे इक मामले च विजिलेंस ने जांच शुरू कीती ते हुण मामला इत्थों तक पहुंच गया कि कोर्ट ने मनप्रीत बादल नूं गिरफ्तार करन दे लई हुक्म जारी कर दिते ने। इस तों पहलां सोमवार नूं विजिलेंस ने मनप्रीत बादल दे पिंड बादल स्थित घर अते होर टिकाणियां ते छापेमारी कीती सी, पर उत्थे मनप्रीत बादल दे ना मिलण तों बाद उन्हां खिलाफ लुकआउट सर्कुलर जारी कर दिता गया सी। विजिलेंस नूं मनप्रीत बादल दे विदेश भज्जण दा खदशा सी। 28 तरीक तक रिमांड लिया कंप्यूटर दी ते इहदे जिहड़े पैसे ने लाए सी रिकवरी वास्ते जिहड़े ने वापस लए ने ओह सारे वास्ते। मामला की सी सारा जी? मामला है प्लॉट जिहड़ा इन्हां ने लिया सीगा ਉਹ ਸਾਜਿਸ਼ ਕਰਕੇ ਖਰੀਦਿਆ ਸੀ ਮਨਪ੍ਰੀਤ ਬਾਦਲ ਜੀ ਨਾਲ। ਉਸ ਗਰਾਊਂਡ ਦੇ ਉੱਤੇ ਇਹਨਾਂ ਨੇ ਪਹਿਲਾਂ ਉਹਦੇ ਪੈਸੇ ਪਵਾਏ ਸੀ ਉਹਦੇ ਗਰਾਊਂਡ ਦੇ ਉੱਤੇ। ਹੋਏ ਨੋਟਿਸ ਵੀ ਕੋਈ ਜਾਰੀ ਕੀਤਾ ਗਿਆ? ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ? ਲੁੱਕਆਊਟ ਨੋਟਿਸ ਜਾਰੀ ਹੋਇਆ ਹੈ। ਜ਼ਿਕਰੇ ਖਾਸ ਹੈ ਕਿ ਵਿਜੀਲੈਂਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਵਿਚਾਲੇ ਮਨਪ੍ਰੀਤ ਬਾਦਲ ਵੱਲੋਂ ਬਠਿੰਡਾ ਦੀ ਅਦਾਲਤ 'ਚ ਅਗਾਉਂ ਜ਼ਮਾਨਤ ਦੀ ਪਟੀਸ਼ਨ ਵੀ ਪਾਈ ਗਈ ਸੀ, ਜਿਸ 'ਤੇ ਮੰਗਲਵਾਰ ਨੂੰ ਹੀ ਸੁਣਵਾਈ ਹੋਣੀ ਸੀ, ਪਰ ਉਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ। ਵਜ੍ਹਾ ਦੱਸੀ ਗਈ ਪੁਲਿਸ ਵੱਲੋਂ ਦਰਜ FIR। ਮਨਪ੍ਰੀਤ ਬਾਦਲ ਦੇ ਵਕੀਲ ਦਾ ਕਹਿਣਾ ਸੀ ਕਿ ਹੁਣ FIR ਦਰਜ ਹੋਣ ਤੋਂ ਬਾਅਦ ਨਵੇਂ ਸਿਰੇ ਤੋਂ ਜ਼ਮਾਨਤ ਦੀ ਪਟੀਸ਼ਨ ਪਾਈ ਜਾਵੇਗੀ, ਪਰ ਉਸ ਤੋਂ ਪਹਿਲਾਂ ਹੀ ਮਨਪ੍ਰੀਤ ਬਾਦਲ ਖਿਲਾਫ ਅਰੈਸਟ ਵਾਰੰਟ ਜਾਰੀ ਹੋ ਗਏ। ਅਸੀਂ 22/9/23 ਨੂੰ ਦਰਖਾਸਤ ਦਿੱਤੀ ਸੀ ਅਦਾਲਤ 'ਚ ਵੀ ਸਾਨੂੰ ਪੁਲਿਸ ਅਨਸੈਸਰੀ ਪੋਲੀਟੀਕਲ ਵੰਡੇਟੇ ਕਰਕੇ ਹਰਾਸ ਕਰਦੀ ਆ। ਸਾਡੇ ਅਗੇਂਸਟ ਕੋਈ FIR ਅੱਜ ਤੱਕ ਹੈ ਨਹੀਂ ਗੀ, ਅਤੇ ਮਾਨਯੋਗ CM ਸਾਹਿਬ ਹਰੇਕ ਸਟੇਜ 'ਤੇ ਕਹਿ ਦਿੰਦੇ ਆ ਵੀ ਮੈਂ ਪਰਚਾ ਦਰਜ ਕਰ ਲਿਆ ਅਤੇ ਮੈਂ ਮਨਪ੍ਰੀਤ ਨੂੰ ਫੜ ਕੇ ਅੰਦਰ ਕਰੂੰਗਾ ਅਤੇ ਫਿਰ ਤੁਸੀਂ ਮੈਨੂੰ CM ਮੰਨੋਗੇ। ਤੋ ਅਸੀਂ ਐਪਲੀਕੇਸ਼ਨ ਲਾਈ ਵੀ, ਜੱਜ ਸਾਹਿਬ ਸਾਡੇ ਅਗੇਂਸਟ ਕੋਈ ਵੀ ਅੱਜ ਤੱਕ FIR ਹੈ ਨਹੀਂ। ਜੇ ਕੋਈ FIR ਆ ਤਾਂ ਪੁਲਿਸ ਸਾਨੂੰ ਦੱਸੇ ਅਤੇ ਸਾਨੂੰ ਨੋਟਿਸ ਦਿੱਤਾ ਜਾਵੇ 10 ਦਿਨਾਂ ਦਾ ਜਾਂ 5 ਦਿਨਾਂ ਦਾ, ਸੋ ਦੈਟ ਅਸੀਂ ਆਪਦੀ ਲੀਗਲ ਰੈਮਡੀ ਅਵੇਲ ਕਰ ਸਕੀਏ। ਉਦੋਂ ਤੱਕ ਕੋਈ FIR ਨਹੀਂ ਸੀ। FIR ਇਹਨਾਂ ਨੇ ਐਤਵਾਰ ਰਾਤ ਨੂੰ ਰਜਿਸਟਰ ਕਰ ਲਈ ਸਾਡੀ ਬੇਲ ਐਪਲੀਕੇਸ਼ਨ ਦਾ ਨੋਟਿਸ ਜਾਣ ਤੋਂ ਬਾਅਦ। ਉਹਦੇ 'ਚ ਫਿਰ ਅਸੀਂ ਅੱਜ ਜਿਹੜਾ ਸੀਗਾ ਜੱਜ ਸਾਹਿਬ ਨੇ ਵਿਜੀਲੈਂਸ ਨੂੰ ਨੋਟਿਸ ਦਿੱਤਾ ਸੀ, ਵਿਜੀਲੈਂਸ ਨੇ ਆ ਕੇ ਜੱਜ ਸਾਹਿਬ ਨੂੰ ਅੱਜ ਦੱਸਤਾ ਵੀ ਅਸੀਂ ਇਹਨਾਂ ਦੇ ਅਗੇਂਸਟ FIR ਫਾਈਲ ਕਰ ਲਈ ਹੈਗੀ ਹੈ ਜੀ। ਅਸੀਂ ਫਿਰ ਜੱਜ ਸਾਹਿਬ ਨੂੰ ਕਿਹਾ ਜੀ ਜੇ FIR ਫਾਈਲ ਕਰ ਲਈ ਤਾਂ ਅਸੀਂ FIR ਦੀ ਕਾਪੀ ਸਾਨੂੰ ਸਪਲਾਈ ਕਰ ਦੇਣ, ਅਸੀਂ ਉਸ ਕਾਪੀ 'ਚ ਸਾਰੇ ਕੰਟੈਂਟਸ ਦੇਖ ਕੇ ਉਹਦੇ ਅਕੋਰਡਿੰਗਲੀ ਫਰੈਸ਼ ਬੇਲ ਐਪਲੀਕੇਸ਼ਨ ਫਾਈਲ ਕਰਾਂਗੇ। ਅਤੇ ਜੱਜ ਸਾਹਿਬ ਨੇ ਸਾਨੂੰ ਲਿਬਰਟੀ ਗ੍ਰਾਂਟ ਕਰਤੀ, ਅਸੀਂ ਉਹ ਆਪਦੀ ਐਪਲੀਕੇਸ਼ਨ ਵਿਦਡਰਾਅ ਕਰ ਲਈ। ਹੁਣ ਵਿਦ ਦਾ ਬੈਟਰ ਪਾਰਟੀਕੁਲਰਸ ਵਿਦ ਲਿਬਰਟੀ ਫਰੋਮ ਦੀ ਕੋਰਟ, ਅਸੀਂ ਜਿਹੜੀ ਨਵੀਂ ਬੇਲ ਐਪਲੀਕੇਸ਼ਨ ਐਪਰੋਪ੍ਰੀਏਟ ਕੋਰਟ ਜਿੱਥੇ ਵੀ ਅਸੀਂ ਦੇਖਾਂਗੇ ਦੋਨਾਂ ਕੋਰਟਾਂ 'ਚੋਂ, ਅਸੀਂ ਹਾਈ ਕੋਰਟ 'ਚ ਵੀ ਲਾ ਸਕਦੇ ਹਾਂ, ਅਸੀਂ ਇੱਥੇ ਵੀ ਲਾ ਸਕਦੇ ਹਾਂ। ਇਹ ਸਾਡਾ ਲੀਗਲ ਰਾਈਟ ਆ ਕਿਸੇ ਵੀ ਮੁਲਜ਼ਮ ਦਾ, ਇਹ ਲੀਗਲ ਰਾਈਟ ਹੁੰਦਾ। ਗਵਰਨਮੈਂਟ ਨੇ ਉਹਨੂੰ ਮੁਲਜ਼ਮ ਬਣਾਤਾ, ਉਹ ਕਹਿੰਦਾ ਮੈਂ ਨਹੀਂ ਮੁਲਜ਼ਮ, ਇਹ ਜੱਜ ਸਾਹਿਬ ਫੈਸਲਾ ਕਰਨਗੇ ਮੁਲਜ਼ਮ ਆ ਕਿ ਨਹੀਂ। ਹੁਣ ਤੁਹਾਨੂੰ ਦੱਸਦੇ ਹਾਂ ਕਿ ਮਨਪ੍ਰੀਤ ਬਾਦਲ 'ਤੇ ਇਲਜ਼ਾਮ ਕੀ ਨੇ। ਦਰਅਸਲ ਖਜ਼ਾਨਾ ਮੰਤਰੀ ਰਹਿੰਦਿਆਂ ਸਿਆਸੀ ਦਬਾਅ ਬਣਾ ਕੇ ਘੱਟ ਰੇਟ 'ਤੇ ਪਲਾਟ ਖਰੀਦੇ ਗਏ। ਮਾਡਲ ਟਾਊਨ ਬਠਿੰਡਾ ਦੀ ਪਲਾਟ ਖਰੀਦ 'ਚ 65 ਲੱਖ ਰੁਪਏ ਦਾ ਘਪਲਾ ਕੀਤਾ ਗਿਆ। 2018 'ਚ ਤੈਅ ਰੇਟਾਂ 'ਤੇ 2021 'ਚ ਪਲਾਟ ਖਰੀਦੇ ਗਏ। ਆਨਲਾਈਨ ਬੋਲੀ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਪਲਾਟਾਂ ਦੇ ਜਾਲੀ ਨਕਸ਼ੇ ਅਟੈਚ ਕਰ ਦਿੱਤੇ ਗਏ। ਬਠਿੰਡਾ ਡਿਵੈਲਪਮੈਂਟ ਅਥਾਰਟੀ ਦੇ ਮੁਲਾਜ਼ਮਾਂ ਦੇ ਨਾਲ ਮਿਲੀ ਭੁਗਤ ਦੇ ਰਾਹੀਂ ਰਿਹਾਇਸ਼ੀ ਪਲਾਟਾਂ ਨੂੰ ਵਪਾਰਕ ਦੱਸਿਆ ਗਿਆ। BDA ਦੀ ਪ੍ਰਸ਼ਾਸਨਿਕ ਅਧਿਕਾਰੀ ਬਲਵਿੰਦਰ ਕੌਰ ਦੇ ਫਰਜ਼ੀ ਡਿਜੀਟਲ ਹਸਤਾਖਰਾਂ ਦੀ ਵਰਤੋਂ ਕੀਤੀ ਗਈ। ਇੱਕ ਹੀ IP ਐਡਰੈਸ ਮਨਪ੍ਰੀਤ ਬਾਦਲ ਨੇ 3 ਬੋਲੀਕਾਰਾਂ ਤੋਂ ਬੋਲੀ ਲਗਵਾਈ। ਅਥਾਰਟੀ ਤੋਂ ਅਲਾਟਮੈਂਟ ਪੱਤਰ ਜਾਰੀ ਕਰਵਾਉਣ ਤੋਂ ਪਹਿਲਾਂ ਮਨਪ੍ਰੀਤ ਨੇ ਬੋਲੀਕਾਰਾਂ ਤੋਂ ਐਗਰੀਮੈਂਟ ਦੇ ਰਾਹੀਂ ਪਲਾਟ ਖਰੀਦੇ। ਪੱਤਰ ਜਾਰੀ ਹੋਣ ਤੋਂ ਪਹਿਲਾਂ ਹੀ ਬੋਲੀਕਾਰਾਂ ਨੂੰ ਮਨਪ੍ਰੀਤ ਨੇ 25% ਬਿਆਨਾ ਵੀ ਦੇ ਦਿੱਤਾ। ਕੁੱਲ ਮਿਲਾ ਕੇ ਮਨਪ੍ਰੀਤ ਬਾਦਲ ਦੇ ਸਿਰ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਚੁੱਕੀ ਹੈ। ਮੰਤਰੀ ਰਹਿੰਦਿਆਂ ਹੋਇਆ ਰਸੂਖ ਦਾ ਇਸਤੇਮਾਲ ਕਰਕੇ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਉਹਨਾਂ 'ਤੇ ਲੱਗ ਰਹੇ ਨੇ। 6 ਧਾਰਾਵਾਂ ਦੇ ਤਹਿਤ ਉਹਨਾਂ 'ਤੇ ਮਾਮਲਾ ਦਰਜ ਕੀਤਾ ਗਿਆ, ਪਰ ਸਭ ਤੋਂ ਵੱਡੀ ਗੱਲ ਇਹ ਹੈ
के जनवरी च भाजपा च शामिल होने वाले मनप्रीत खिलाफ यह शिकायत भी बठिंडा तो भाजपा आगू सरूप चंद सिंगला ने ही दर्ज करवाई है। बीडीसी न्यूज़ दिल्ली बठिंडा तो मुनीश गर्ग की रिपोर्ट।